ਗੂਗਲ ਤੇ ਸਰਚ ਕਰ ਰਿਹਾ ਸੀਗਾ ਰੀਜ਼ਨਸ ਵਾਈ ਪੀਪਲ ਟਰੈਵਲ, ਤੇ ਗੂਗਲ ਨੇ ਕਈ ਜਨਾਬ ਰੀਜ਼ਨ ਦੇ ਦਿੱਤੇ। ਇਹਦੇ ਵਿੱਚ ਪਹਿਲਾ ਸੀਗਾ ਕਿ ਚੇਂਜ ਦੈਨ ਸੈਲਸ, ਲੋਕ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ, ਕੁਝ ਨਵੀਆਂ ਚੀਜ਼ਾਂ ਸਿੱਖਣਾ ਚਾਹੁੰਦੇ ਆ, ਆਪਣੇ ਆਪ ਨੂੰ ਹੋਰ ਸਮਝਣਾ ਚਾਹੁੰਦੇ ਆ, ਇੱਕ ਕੁਆਲਿਟੀ ਰਿਲੇਸ਼ਨਸ਼ਿਪ ਦੇਣਾ ਚਾਹੁੰਦੇ ਆ। ਬੜੀਆਂ ਚੀਜ਼ਾਂ ਦਿੱਤੀਆਂ, ਅਤੇ ਆਖਿਰ 'ਤੇ ਜੋ ਗੱਲ ਗੂਗਲ ਨੇ ਕਹੀ, ਲੋਕ ਸੈਲੀਬ੍ਰੇਟ ਕਰਨਾ ਚਾਹੁੰਦੇ ਆ, ਇਸ ਕਰਕੇ ਲੋਕ ਟਰੈਵਲ ਕਰਦੇ ਆ, ਨਵੀਆਂ ਚੀਜ਼ਾਂ ਥਾਵਾਂ 'ਤੇ ਜਾਂਦੇ ਆ। ਕੁਝ ਵਾਕਿਆ ਜਾਂ ਇੱਕ ਸਿਨੈਰੀਓ ਜਿਹਨੂੰ ਆਪਾਂ ਕਹਿੰਦੇ, ਇੱਕ ਦ੍ਰਿਸ਼, ਕੁਝ ਹਿਸਾਬ ਦੇ ਨਾਲ ਮੈਂ ਦੇਖਿਆ ਵੀ, ਜਿਹੜਾ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਅਤੇ ਜੋ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਕਿਉਂ ਟਰੈਵਲ ਕਰ ਰਿਹਾ, ਅਤੇ ਕਈ ਹੋਰ ਵੀ ਹੋਣਗੇ ਕ੍ਰੀਏਟਰ ਤੁਹਾਡੇ ਵਰਗੇ ਜਿਹੜੇ ਕੋਈ ਟਰੈਵਲ ਕਰਦੇ ਹੋਣੇ, ਨੋਟ ਟੂ ਬੀ ਇਨ ਅ ਰਸ਼ ਬਟ ਟੂ ਬੀ ਵਿਦ ਨੇਚਰ। ਤੈਨੂੰ ਰੂਟ ਪਤਾ ਹੈ? ਤੈਨੂੰ ਰੂਟ ਪਤਾ? ਮੈਂ ਕਿਹਾ ਰੂਟ ਹਾਲਾਂਕਿ ਇੱਕ ਇਨਸਾਨ ਨੂੰ ਮੈਂ ਮੈਨਸ਼ਨ ਜ਼ਰੂਰ ਕਰੂੰਗਾ, ਹਾਲਾਂਕਿ ਉਹਦਾ ਮੈਨੂੰ ਨਾਮ ਨਹੀਂ ਪਤਾ, ਪਰ ਉਹਦੀ ਯੂਟਿਊਬ 'ਤੇ ਵੀਡੀਓ 'ਤੇ 1 ਕਰੋੜ ਵਿਊਜ਼ ਆਏ ਹੋਏ ਆ, ਐਂਡ ਨੇਮ ਉਹਦਾ ਵੀਡੀਓ ਇਜ਼ ਦਾ ਲੌਂਗੈਸਟ ਵੇ, ਵਨ ਆਫ ਮਾਈ ਫੇਵਰੇਟ ਵੀਡੀਓਜ਼ ਔਨ ਯੂਟਿਊਬ। ਹੀ ਵੋਕਡ ਅ ਨੰਬਰ ਆਫ ਪਲੇਸਿਸ ਐਂਡ ਬਹੁਤ ਹੀ ਕਮਾਲ ਦੀ ਇੱਕ ਸਿੰਪਲੀਸਿਟੀ ਜੀ ਦੇਖਣ ਨੂੰ ਮਿਲਦੀ ਹੈ ਦ ਵੇ He just traveled. ਹਾਲਾਂਕਿ ਦਿਲ ਤਾਂ ਇੱਦਾਂ ਹੀ ਕਰਦਾ ਸੀਗਾ ਕਿ ਟਰੈਵਲ ਇਸ ਤਰੀਕੇ ਨਾਲ ਕੀਤਾ ਜਾਵੇ, ਪਰ ਮੈਂ ਅਤੇ ਮੇਰਾ ਦੋਸਤ ਆਪਾਂ ਗਏ ਸੀਗੇ, ਮੈਕਲੋਡਗੰਜ ਨੂੰ ਜਨਾਬ ਗਏ, ਰੈਂਡਮ ਪਲੈਨ ਸੀਗਾ, ਕੋਈ ਖਾਸ ਨਹੀਂ ਸੀਗਾ, ਬਾਈਕ ਚੱਕੀ ਉਹ ਵੀ ਦੋਸਤ ਦੀ ਐਂਡ ਚੱਲ ਪਏ। ਸ਼ੁਰੂਆਤ ਮੈਂ ਹੁਸ਼ਿਆਰਪੁਰ ਤੋਂ ਕੀਤੀ, ਹੁਸ਼ਿਆਰਪੁਰ ਦੇ ਨਾਲ ਹੀ ਹਿਲੀ ਏਰੀਆ ਸ਼ੁਰੂ ਹੋ ਜਾਂਦਾ, ਤਾਂ ਬਹੁਤ ਹੀ ਕਮਾਲ ਦਾ ਸ਼ਹਿਰ ਹੈ, ਹੋਮ ਟਾਊਨ ਮੇਰਾ ਹੁਸ਼ਿਆਰਪੁਰ, ਐਂਡ ਇੱਥੋਂ ਸ਼ੁਰੂਆਤ ਕਰ ਦਿੱਤੀ। ਜ਼ਿਆਦਾ ਗੱਲਬਾਤ ਨਹੀਂ ਕਰੂੰਗਾ, ਜ਼ਿਆਦਾ ਵੇਸਟ ਡਾਇਲੋਗਸ ਵਗੈਰਾ ਨਹੀਂ, ਤੁਹਾਨੂੰ ਸਿੱਧੀ ਡਾਇਰੈਕਟ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ। ਐਂਡ ਤੱਕ ਦੇਖਿਓ, ਤੁਹਾਨੂੰ ਕੁਛ ਪਤਾ ਚੱਲੇਗਾ ਵਾਈ ਡੂ ਪੀਪਲ ਟਰੈਵਲ। ਆਪਾਂ ਕਾਂਗੜੇ ਪਹੁੰਚਣ ਵਾਲੇ ਆ ਦੋਸਤੋ, 30 ਕਿਲੋਮੀਟਰ ਕਾਂਗੜਾ ਰਹਿ ਗਿਆ ਆ।
ਤੋ ਦੋਸਤੋ ਹੁਣ ਚੱਲੇ ਆ ਵਾਪਸ ਤੇ ਤੁਹਾਨੂੰ ਮੈਂ ਦਿਖਾਉਂਦਾ ਹਾਂ ਇੱਥੇ ਕਿੱਦਾਂ ਟ੍ਰੈਫਿਕ ਦਾ ਕੀ ਹਾਲ ਆ। ਤੁਸੀਂ ਦੇਖ ਸਕਦੇ ਗੱਡੀਆਂ ਦੀ ਪੂਰੀ ਕਤਾਰ ਲੱਗੀ ਹੋਈ ਆ, ਇਹ ਬਹੁਤ ਪਿੱਛੇ ਤੱਕ ਜਾਣੀ ਹੈ, ਮਤਲਬ ਬਹੁਤ ਅੱਗੇ ਤੱਕ ਜਾਣੀ ਹੈ ਇਹ ਜਿਹੜੀ ਗੱਡੀਆਂ ਦੀ ਕਤਾਰ। ਐਂਡ ਲੋਕ ਵੀ ਕਹਿੰਦੇ ਰਹੇ ਆ ਤੇ ਸਾਨੂੰ ਰਸਤਾ ਵੀ ਚਾਹੀਦਾ ਹੈ, ਇਹ ਸਾਈਡ ਹੋਈ ਹੈ ਜੀ। ਥੈਂਕ ਯੂ ਵੈਰੀ ਮੱਚ। ਐਂਡ ਇਹ ਵਾਲੇ ਮੇਰਾ ਮੈਮਰੀ ਕਾਰਡ ਫੁੱਲ ਹੋ ਗਿਆ, ਇਹ ਇਸ ਜਿਹੜੇ ਕੈਮਰੇ 'ਚ ਇਸ ਵੇਲੇ ਮੈਂ ਰਿਕੋਰਡਿੰਗ ਕਰ ਰਿਹਾ ਹਾਂ, ਇਸ ਕਰਕੇ ਆਉਂਦੇ ਵੇਲੇ ਥੋੜ੍ਹੀ ਪ੍ਰੋਬਲਮ ਹੋਈ। ਹੁਣ ਮੈਂ ਇੱਕ ਦੋ ਫਾਈਲਾਂ ਜਿਹੜੀਆਂ ਐਕਸਟਰਾ ਜਿਹੜੀਆਂ ਸ਼ੋਰਟ ਸੀਗੇ ਅਨਨੈਸੈਸਰੀ, ਉਹ ਮੈਂ ਡਿਲੀਟ ਕੀਤੇ। ਐਂਡ ਵੀ ਆਰ ਰੈਡੀ ਅਤੇ ਹੁਣ ਆਪਾਂ ਚੱਲੇ ਹਾਂ ਦ ਲੇਕ, ਡੀ ਏ ਐਲ ਲੇਕ, ਦ ਲੇਕ ਚੱਲੇ ਹਾਂ। ਦੈਟ ਇਜ਼ 4.2 ਕਿਲੋਮੀਟਰ ਅਵੇ ਫਰੋਮ ਮੈਕਲੋਡਗੰਜ, ਇਨ ਮੈਕਲੋਡਗੰਜ ਫਰੋਮ ਦਿਸ ਪਕਸੂ ਨਾਥ ਵਾਟਰਫੋਲ। ਐਂਡ ਦਿਸ ਇਜ਼ ਦ ਪ੍ਰੋਬਲਮ, ਯਹੀ ਪ੍ਰੋਬਲਮ ਹੋਤੀ ਹੈ ਭਾਈ, ਦਿਸ ਇਜ਼ ਦ ਪ੍ਰੋਬਲਮ ਦੈਟ ਵੀ ਫੇਸ। ਕਿੱਦਾਂ ਕੋਈ ਫਾਇਦਾ ਨਹੀਂ ਯਾਰ, ਆ ਦੇਖੀ ਵਾ ਇੱਦਾਂ ਹੀ ਆਪਾਂ ਹੁਣ ਨਿਕਲਣਾ ਆ ਬਈ ਰਸਤਾ ਕੱਢ ਕੇ। ਇਟਸ ਗੋਨਾ ਕੰਜ਼ਿਊਮ ਆਰ ਟਾਈਮ ਬਟ ਇਟਸ ਓਕੇ, ਬਾਈਕ 'ਤੇ ਆਉਂਦਾ ਇਹੀ ਤਾਂ ਫਾਇਦਾ ਆ ਭਾਈ, ਬੈਟਰ ਆ ਤੁਸੀਂ ਬਾਈਕ 'ਤੇ ਹੀ ਆਓ। ਹੈਲਮਟ ਤੇ ਲਾ ਲਾ ਭਰਾ, ਇੱਥੇ ਆ ਕੇ ਉਹ ਫਸ ਗਿਆ, ਇੱਥੇ ਆ ਕੇ ਥੋੜ੍ਹੀ ਰਿਲੈਕਸੇਸ਼ਨ ਮਿਲੀ। ਆਹ ਮੈਨ ਦਿਸ ਇਜ਼ ਵੇਰੀ ਬੈਟਰ ਦੈਨ ਪਕਸੂਨਾਥ ਲੇਕ, ਉਹ ਵੀ ਵਧੀਆ ਆ ਬਟ ਲੋਕ ਕਹਿੰਦੇ ਰਸ਼ ਨੇ ਉਹਨੂੰ ਇੰਨਾ ਪੀਸਫੁੱਲ ਨਹੀਂ ਹੈਗਾ ਉਹ, ਸੋ ਅਤੇ ਉਹ ਇੰਨਾ ਮੈਨੂੰ ਉੱਦਾਂ ਵਧੀਆ ਆ। ਬਟ ਸਾਡੇ ਵਰਗੇ ਜੋ ਟੂਰਿਸਟ ਜਾਂਦੇ ਆ ਕਿਉਂਕਿ ਬਹੁਤ ਜ਼ਿਆਦਾ ਲੋਕ ਜਾਂਦੇ ਆ ਫਿਰ ਉੱਥੇ ਪ੍ਰੋਬਲਮ ਆ ਜਾਂਦੀ ਆ। ਹਾਂ ਸਹੀ ਆ, ਦਿਸ ਇਜ਼ ਦਾ ਦਲ ਲੇਕ ਦੈਟ ਇਜ਼ 4.2 ਕਿਲੋਮੀਟਰ ਅਵੇ ਫਰੋਮ ਪਕਸੂ ਵਾਟਰਫੋਲ।